ਪਿਆਰੇ ਸਰੋਤੇ ਵੀਰ ਭੈਣ ਭਰਾ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਸਰਕਾਰੀ ਛੁੱਟੀ ਦਾ ਐਲਾਨ ਜਿਹੜਾ ਆ ਹੋ ਚੁੱਕਾ ਆ। ਇਹ ਛੁੱਟੀ ਜਿਹੜੀ ਹੈ ਕਿਸ ਦਿਨ ਕਿਸ ਵਾਰ ਹੋਣ ਜਾ ਰਹੀ ਹੈ, ਕਿਉਂ ਹੋਣ ਜਾ ਰਹੀ ਹੈ, ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਅਸੀਂ ਇਸ ਵੀਡੀਓ ਦੇ ਜ਼ਰੀਏ ਦੇਣ ਜਾ ਰਹੇ ਹਾਂ। ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਔਨ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਵਿਦਿਆਰਥੀਆਂ ਨੂੰ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਜਿੰਨੀਆਂ ਵੀ ਸਰਕਾਰੀ ਛੁੱਟੀਆਂ ਹੁੰਦੀਆਂ ਨੇ ਉਹਨਾਂ ਦੀ ਅਪਡੇਟ ਜਿਹੜੀ ਆ ਇਸ ਚੈਨਲ ਤੇ ਮਿਲਦੀ ਰਹੇ। ਸੋ ਗੱਲ ਕਰ ਲੈਣੇ ਹੈਗੇ ਜੀ, ਪੰਜਾਬ ਸਰਕਾਰ ਵੱਲੋਂ ਇੱਕ ਛੁੱਟੀ ਦਾ ਐਲਾਨ ਜਿਹੜਾ ਆ ਕੀਤਾ ਗਿਆ ਜੀ। ਇਹ ਸਰਕਾਰੀ ਛੁੱਟੀ ਜਿਹੜੀ ਆ ਹੋਣ ਜਾ ਰਹੀ ਹੈਗੀ ਆ ਜੀ ਦਿਨ ਬੁੱਧਵਾਰ ਨੂੰ 17 ਜੁਲਾਈ ਦੀ। ਜੀ ਹਾਂ, ਨੋਟ ਕਰ ਲਓ ਜੀ, 17 ਜੁਲਾਈ 2024 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਜਿਹੜੀ ਆ ਰਹੇਗੀ। ਇਹ ਛੁੱਟੀ ਹੈਗੀ ਆ ਜੀ ਰਾਖਵੀਂ ਛੁੱਟੀਆਂ ਵਿੱਚੋਂ, ਮੁਹਰਮ ਦੀ ਛੁੱਟੀ ਆ, ਇਹ ਰਾਖਵੀਂ ਛੁੱਟੀ ਵਿੱਚੋਂ ਨੰਬਰ 10 ਛੁੱਟੀ ਹੋਏਗੀ, ਠੀਕ ਆ ਜੀ। ਸੋ ਇਹ ਸਰਕਾਰੀ ਛੁੱਟੀ ਦੇ ਵਿੱਚ ਸਾਰੇ ਹੀ ਸਰਕਾਰੀ ਅਦਾਰੇ ਅਤੇ ਸਰਕਾਰੀ ਦਫ਼ਤਰ, ਸਕੂਲ, ਕਾਲਜ, ਯੂਨੀਵਰਸਿਟੀਆਂ, ITI ਡਿਪਾਰਟਮੈਂਟ ਦੇ ਜਿੰਨੇ ਵੀ ਦਫ਼ਤਰ ਨੇ ਇਹ ਸਾਰੇ ਹੀ ਜਿਹੜੇ ਆ ਬਿਲਕੁਲ ਬੰਦ ਰਹਿਣਗੇ। 17 ਜੁਲਾਈ ਦਿਨ ਬੁੱਧਵਾਰ ਨੂੰ ਮੁਹਰਮ ਦੀ ਛੁੱਟੀ ਰਹੇਗੀ। ਹੋਰ ਛੁੱਟੀਆਂ ਦੀ ਅਪਡੇਟ ਲਈ ਚੈਨਲ ਨਾਲ ਜੁੜੇ ਰਹਿਣਾ ਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ।